ਅੱਜ ਦੇ ਸੈਗਮੈਂਟ 'ਚ ਮੇਰਾ ਸਾਥ ਦੇਣਗੇ ਸਰੀ ਸਟੂਡੈਂਟਸ ਨਾਂ ਤੋਂ ਆਏ ਹੋ ਸਾਡੇ ਮਹਿਮਾਨ ਸੋਨੀਆ ਆਂਦੀ, ਜਿਹੜੇ ਕਿ ਸਕੂਲ ਟਰੱਸਟੀ ਸਰੀ ਦੇ ਵਿੱਚ ਵਜੋਂ ਅੱਗੇ ਆਏ ਨੇ। ਸੋਨੀਆ ਆਂਦੀ ਇੱਕ ਐਕਟਿਵਿਸਟ ਨੇ, ਸੋਸ਼ਲ ਕਮਿਊਨਿਟੀ ਐਕਟਿਵਿਸਟ। ਅਸੀਂ ਤੁਸੀਂ ਪ੍ਰੋਗਰਾਮ ਦੇ ਵਿੱਚ ਇਹਨਾਂ ਨੂੰ ਕਈ ਵਾਰ ਵੇਖਿਆ ਹੋਏਗਾ। ਸ਼ਕਤੀ ਨਾਂ ਦੀ ਇਹ ਸੰਸਥਾ ਚਲਾਉਂਦੇ ਨੇ, ਉਸ ਤੋਂ ਇਲਾਵਾ ਹਮੇਸ਼ਾ ਇਹਨਾਂ ਦਾ ਫੋਕਸ ਰਿਹਾ ਹੈਗਾ ਕਿ ਕਮਿਊਨਿਟੀ ਦੇ ਵਿੱਚ ਜਿਹੜੇ ਇਸ਼ੂਜ਼ ਨੇ ਉਹਨਾਂ ਨੂੰ ਡਿਸਕਸ਼ਨ ਰਾਹੀਂ ਕੋਈ ਸੋਲੂਸ਼ਨ ਉਸਦੀ ਲੱਭੀ ਜਾ ਸਕੇ। ਇਸੇ ਨੂੰ ਮੁੱਖ ਰੱਖ ਕੇ ਹੁਣ ਇਹ ਐਜ਼ ਅ ਸਕੂਲ ਟਰੱਸਟੀ ਅੱਗੇ ਆਏ ਨੇ। ਆਓ ਕੁਝ ਗੱਲਬਾਤ ਕਰਦੇ ਹਾਂ ਸੋਨੀਆ ਆਂਦੀ ਨਾਲ। ਜੀ ਹੈ ਨੋ, ਵੈਲਕਮ ਟੂ ਦ ਪ੍ਰੋਗਰਾਮ। ਥੈਂਕ ਯੂ ਵੈਰੀ ਮੱਚ, ਵੈਲਕਮ। ਸੋ ਫਰੋਮ ਸੋਸ਼ਲ ਐਕਟਿਵਿਜ਼ਮ, ਜਿਹੜੇ ਤੁਹਾਡੇ ਬਲੱਡ 'ਚ ਹੈਗੀ, ਜੇ ਮੈਂ ਕਹਾਂ ਸ਼ੁਰੂ ਤੋਂ ਅਸੀਂ ਦੇਖ ਰਹੇ ਹਾਂ ਤੁਹਾਨੂੰ ਕਿ ਹਮੇਸ਼ਾ ਹੀ ਤੁਸੀਂ ਕਮਿਊਨਿਟੀ ਦੇ ਇਸ਼ੂਜ਼ ਨੂੰ ਲੈ ਕੇ ਆਏ ਹੋ। ਪਹਿਲਾਂ ਵੀ ਤੁਸੀਂ ਬੜੇ ਪੈਸ਼ਨੇਟ ਸੀ ਬੱਚਿਆਂ ਬਾਰੇ, ਜਿਹੜੇ ਗੈਂਗਸ ਏ, ਵਾਇਲੈਂਸ ਏ, ਪਰ ਹੁਣ ਤੁਸੀਂ ਇਸ ਨੂੰ ਆਪਣਾ ਨਾਂ ਜਿਹੜਾ ਤੁਸੀਂ ਅੱਗੇ ਰੇਸ ਵਿੱਚ ਲੈ ਕੇ ਆਏ ਹੋ। ਜੀ ਬਿਲਕੁਲ। ਕਿਹੜੀ ਚੀਜ਼ ਨੇ ਤੁਹਾਨੂੰ ਪ੍ਰੋਮਪਟ ਕੀਤਾ ਕਿ ਬਾਹਰੋਂ ਬੈਠ ਕੇ ਜਿਹੜਾ ਕੰਮ ਕਰ ਰਹੇ ਸੀ, ਕੀ ਤੁਸੀਂ ਮਹਿਸੂਸ ਕੀਤਾ ਕਿ ਨਹੀਂ ਜਦ ਤੱਕ ਅੰਦਰ ਨਹੀਂ ਜਾਂਦੇ ਤਦ ਤੱਕ ਉਹ ਜਿਹੜਾ ਡਿਜ਼ਾਇਰਡ ਚੇਂਜ ਲੈਣਾ ਚਾਹੁੰਦੇ ਹੋ ਉਹ ਪੋਸੀਬਲ ਨੇ? ਜੀ ਬਿਲਕੁਲ ਹਰਪ੍ਰੀਤ ਜੀ, ਤੁਸੀਂ ਬਿਲਕੁਲ ਸਹੀ ਗੱਲ ਕੀਤੀ, ਕਿਉਂਕਿ ਜਿਹੜਾ ਮੈਂ ਕੰਮ ਕਰ ਰਹੀ ਹਾਂ ਸ਼ਕਤੀ ਸੁਸਾਇਟੀ ਦੇ ਨਾਲ, ਉਹ ਕੋਈ ਪਿਛਲੇ ਜਾਂ ਸ਼ਕਤੀ ਅਵਾਰਡਸ ਦੇ ਨਾਲ ਪਿਛਲੇ 20 ਸਾਲਾਂ ਤੋਂ ਉਹ ਮੈਂ ਕੰਮ ਕਰ ਰਹੀ ਹਾਂ। ਜੀ, ਸੋ ਇਟਸ ਵੈਰੀ ਇੰਪੈਕਟਫੁਲ ਜਿਹੜਾ ਅਸੀਂ ਕੰਮ ਕਰ ਰਹੇ ਹਾਂ, ਪਰ ਆਈ ਫੀਲ ਕਿ ਜਿਹੜੀ ਇਸ਼ੂਜ਼ ਬੱਚਿਆਂ ਦੀ ਹੈ ਉਹ ਪ੍ਰੋਬਲਮਸ ਜਾਂ ਇਸ਼ੂਜ਼ ਉਹ ਇੰਨੇ ਸਾਲ ਹੋ ਗਏ, ਅਸੀਂ ਯੂ ਨੋ ਅਸੀਂ ਉਹੀ ਚੀਜ਼ਾਂ ਗੱਲ ਕਰਦੇ ਆ ਰਹੇ ਹਾਂ। ਹੁਣ ਤੁਸੀਂ ਦੇਖ ਲਓ, ਪਿਛਲੇ ਇਲੈਕਸ਼ਨ ਦੇ ਵਿੱਚ ਵੀ ਕ੍ਰਾਈਮ ਦੀ ਗੱਲ ਬਹੁਤ ਸੀਗੀ, ਪੁਲਿਸ ਆਫਿਸਰ, ਸਾਨੂੰ 100 ਪੁਲਿਸ ਆਫਿਸਰ ਚਾਹੀਦੇ, ਉਹਦੇ ਲਈ ਦੈਟ ਬਿਕੇਮ ਅ ਬਿਗ ਇਸ਼ੂ। ਸੋ ਆਫਿਸਰਸ ਵੀ ਸਾਨੂੰ ਮਿਲ ਗਏ, ਉਹ ਇਸ਼ੂ ਫਿਰ ਵੀ ਉਨੀ ਬਲਕਿ ਵੱਧ ਗਈ ਹੈ। ਸੋ ਆਈ ਵਾਂਟਡ ਕਿ ਬਈ ਤੁਸੀਂ ਜਿਹੜੀ ਜੜ ਹੈ ਉਧਰੋਂ ਅਸੀਂ ਸ਼ੁਰੂ ਕਰੀਏ, ਜਿਹੜੀ ਫਾਊਂਡੇਸ਼ਨ ਹੈ ਬੱਚਿਆਂ ਦੀ, ਕਿ 10 ਸਾਲ ਦੇ ਬੱਚੇ ਜੇ ਗੈਂਗਸ ਦੇ ਵਿੱਚ ਰਿਕਰੂਟ ਹੋ ਰਹੇ ਹਨ ਉਹਦੇ ਲਈ ਸਾਨੂੰ ਕੁਝ ਕਰਨਾ ਪੈਣਾ। ਸੋ ਆਈ ਵਾਂਟਡ ਟੂ ਟੇਕ ਮਾਈ ਵਰਕ ਟੂ ਅ ਨੈਕਸਟ ਅ ਡਿਫਰੈਂਟ ਪਲੈਟਫਾਰਮ, ਕਿ ਜਿੱਥੇ ਅਸੀਂ ਜ਼ਿਆਦਾ ਚੇਂਜ ਲਾ ਸਕੀਏ, ਕਿਉਂਕਿ ਜੇ ਅਸੀਂ ਫਾਊਂਡੇਸ਼ਨ ਨੂੰ ਸੈੱਟ ਕਰ ਸਕਦੇ ਹਾਂ ਤਾਂ ਫਿਰ ਮੈਂ ਸਮਝਦੀ ਹਾਂ ਕਿ ਅਸੀਂ ਆਪਣੀ ਕਮਿਊਨਿਟੀ ਨੂੰ, ਸੋਸਾਇਟੀ ਨੂੰ ਵੀ ਹੈਲਪ ਕਰ ਸਕਦੇ ਹਾਂ। ਐਬਸੋਲੂਟਲੀ, ਯੂ ਨੋ 70,000 ਤੋਂ ਉੱਪਰ ਬੱਚੇ ਹੈਗੇ ਸਾਡੇ ਸਾਰੇ ਸਕੂਲਾਂ ਦੇ ਵਿੱਚ, ਉਹਨਾਂ ਦਾ ਫਿਊਚਰ ਸਾਡੇ ਹੱਥ ਵਿੱਚ ਹੈ। ਐਬਸੋਲੂਟਲੀ ਜੀ, ਐਂਡ ਆਈ ਵੋਂਟ ਆਸਕ ਯੂ ਦਿਸ ਥਿੰਗ ਕਿ ਜੀ ਡੋਰ ਨੋਕਿੰਗ ਕਰ ਰਹੇ ਹੋ, ਕਿਉਂਕਿ ਤੁਸੀਂ ਤਾਂ ਸ਼ੁਰੂ ਤੋਂ ਹੀ ਡੋਰ ਨੋਕਿੰਗ ਕਰਦੇ ਆਏ ਹੋ, ਕਿਉਂਕਿ ਜਦੋਂ ਲੋਕਾਂ ਨਾਲ ਤੁਸੀਂ ਇੰਟਰੈਕਟ ਕਰਦੇ ਸੀ ਇਹ ਇਸ਼ੂਜ਼ ਨੂੰ ਤੁਹਾਨੂੰ ਪਤਾ ਹੈਗਾ। ਬਿਲਕੁਲ। ਬਟ ਹੁਣ ਨਾਓ ਦ ਕੁਐਸਚਨ ਦੈਟ ਅਰਾਈਜ਼ ਇਜ਼ ਕਿ ਸਰੀ ਸਕੂਲ ਬੋਰਡ ਇੱਕ ਕਾਫੀ ਵੱਡਾ ਬੋਰਡ ਹੈ ਜਿਹਦੇ 'ਚ ਕਿ ਹਜ਼ਾਰਾਂ ਹੀ ਬੱਚੇ ਪੜ੍ਹ ਰਹੇ, ਜਿਸ ਤਰ੍ਹਾਂ ਤੁਸੀਂ ਕਿਹਾ 70,000 ਤੋਂ ਵੱਧ ਬੱਚੇ ਹੈਗੇ ਨੇ, ਅਤੇ ਕਿਹੜੇ ਮੇਜਰ ਕੰਮ ਨੇ ਜਿਹਨਾਂ ਦੇ ਉੱਤੇ ਤੁਸੀਂ ਸਮਝਦੇ ਹੋ ਕਿ ਕੰਮ ਕਰਨ ਦੀ ਲੋੜ ਹੈ, ਐਂਡ ਜਦੋਂ ਚੁਣੇ ਜਾਂਦੇ ਹੋ ਤੁਹਾਡੀ ਪ੍ਰਾਇੋਰਟੀ ਉਹਨਾਂ ਚੀਜ਼ਾਂ ਦੀ ਹੋਈ? ਹਾਂਜੀ, ਸੋ ਸਾਡੀ 3 ਮੇਨ ਚੀਜ਼ਾਂ ਜਿਹਨਾਂ ਨੂੰ ਅਸੀਂ ਪ੍ਰਾਇੋਰਟਾਈਜ਼ ਕੀਤਾ ਹੈ। ਇੱਕ ਤਾਂ ਹੈਗਾ ਸੇਫ ਐਂਡ ਸਪੋਰਟਿਡ ਸਕੂਲਸ, ਰਾਈਟ? ਤਾਂ ਸੇਫ ਦਾ ਮਤਲਬ ਸੇਫਟੀ, ਮੈਂਟਲ ਹੈਲਥ ਦੀ ਸੇਫਟੀ, ਤੁਹਾਨੂੰ ਮੈਂਟਲ ਸੇਫਟੀ ਚਾਹੀਦੀ ਹੈ। ਹੁਣ ਮੈਂ ਕਾਉਂਸਲਿੰਗ ਵੀ ਕਰਦੀ ਹਾਂ, ਸੋ ਉਹਦੇ ਵਿੱਚ ਮੈਂ ਦੇਖ ਰਹੀ ਹਾਂ ਕਿ ਬੱਚੇ ਐਂਗਜ਼ਾਇਟੀ, ਸਟ੍ਰੈਸ, ਡਿਪਰੈਸ਼ਨ ਬਹੁਤ ਜ਼ਿਆਦਾ ਹੈ ਬੱਚਿਆਂ ਦੇ ਵਿੱਚ, ਸੁਇਸਾਈਡ ਰੇਟਸ ਵੱਧਦੇ ਜਾ ਰਹੇ ਹਨ। ਸੋ ਉਹਦੇ ਲਈ ਸਾਨੂੰ ਕੁਝ ਕਰਨਾ ਪੈਣਾ ਹੈ। ਫਿਜ਼ੀਕਲ ਸੇਫਟੀ, ਜੇ ਤੁਸੀਂ ਕ੍ਰਾਈਮ ਦੀ ਗੱਲ ਕਰ ਲਓ, ਗੈਂਗਸ ਦੀ ਗੱਲ ਕਰ ਲਓ, ਬੁਲਿੰਗ ਦੀ ਗੱਲ ਕਰ ਲਓ, ਦੈਟਸ ਅ ਬਿਗ ਇਸ਼ੂ ਇਨ ਦ ਸਕੂਲਸ। ਅਤੇ ਜਿਹੜੀ ਸਪੋਰਟ ਦੀ ਗੱਲ ਹੈ, ਕਿ ਸਪੋਰਟ ਟੀਚਰਸ ਨੂੰ ਸਪੋਰਟ ਚਾਹੀਦੀ ਹੈ, ਜਿਹੜੇ ਐਜੂਕੇਸ਼ਨਲ ਅਸਿਸਟੈਂਟਸ ਹੈ, ਜਿਹੜੇ ਸਪੈਸ਼ਲ ਨੀਡਸ ਦੇ ਬੱਚਿਆਂ ਦੇ ਨਾਲ ਕੰਮ ਕਰਦੇ ਹੈ, ਉਹਨਾਂ ਨੂੰ ਸਪੋਰਟ ਚਾਹੀਦੀ ਹੈ। ਸੋ ਕਈ ਵਾਰੀ ਤੁਸੀਂ ਸੁਣਿਆ ਹੋਣਾ ਹਰਪ੍ਰੀਤ ਜੀ, ਕਿ ਬੱਚਿਆਂ ਨੂੰ ਘਰ ਭੇਜ ਦਿਆ ਜਾਂਦਾ ਹੈ ਕਿਉਂਕਿ ਉਹਨਾਂ ਦੇ ਕੋਲ ਸਕੂਲ ਦੇ ਵਿੱਚ ਸਪੋਰਟ ਨਹੀਂ ਹੈਗੀ, ਇੰਨੀ ਫੈਸਿਲ ਰਿਸੋਰਸਿਸ ਨਹੀਂ ਹੈ ਕਿ ਉਹ ਬੱਚਿਆਂ ਨੂੰ ਸਪੋਰਟ ਕਰ ਸਕਣ। ਐਂਡ ਆਈ ਡੋਂਟ ਥਿੰਕ ਦੈਟਸ ਓਕੇ, ਕਿ ਹਰ ਬੱਚੇ ਨੂੰ ਪੂਰਾ ਹੱਕ ਹੈ ਕਿ ਉਹਨੂੰ ਪੂਰੀ ਐਜੂਕੇਸ਼ਨ ਮਿਲਣੀ ਚਾਹੀਦੀ ਹੈ, ਉਹਨੂੰ ਸਕੂਲ ਦੇ ਵਿੱਚ ਪੂਰੇ ਆਵਰਸ ਦੀ ਸਪੋਰਟ ਮਿਲਣੀ ਚਾਹੀਦੀ ਹੈ। ਸੋ ਇੱਕ ਸਾਡਾ ਮੇਨ ਪਹਿਲੂ ਉਹ ਹੈਗਾ, ਅਤੇ ਬਾਕੀ ਦੋ ਹੈ ਕਿ ਪੋਰਟੇਬਲਸ ਨੂੰ ਅਸੀਂ ਘਟਾਉਣਾ ਚਾਹੁੰਦੇ ਹਾਂ, ਬਲਕਿ ਖਤਮ ਕਰਨਾ ਚਾਹੁੰਦੇ ਹਾਂ। ਸੋ ਵੀ ਵਾਂਟ ਟੂ ਬਿਲਡ ਨਿਊ ਸਕੂਲਸ, ਔਰ ਉਹਦੇ ਲਈ ਯੂ ਨੋ ਕਈ ਵਾਰੀ ਲੋਕਾਂ ਨੇ ਪੁੱਛਿਆ ਪਰ ਹਾਊ ਵਿਲ ਯੂ ਡੂ ਦੈਟ, ਇੰਨੇ ਸਾਲ ਹੋ ਗਏ। ਹੁਣ ਜਿਹੜੀ ਨਵੀਂ BC ਗਵਰਨਮੈਂਟ ਆਈ ਹੈ, ਉਹਨਾਂ ਦਾ ਇਲੈਕਸ਼ਨ ਪ੍ਰੋਮਿਸ ਸੀਗਾ ਕਿ ਵੀ ਵਿਲ ਗੈਟ ਰਿਡ ਆਫ ਪੋਰਟੇਬਲਸ ਇਨ ਸਰੀ, ਸੋ ਵੀ ਆਰ ਗੋਇੰਗ ਟੂ ਹੋਲਡ ਦੈਮ ਟੂ ਦੈਟ ਪ੍ਰੋਮਿਸ। ਸਾਡਾ ਸਕੂਲ ਬੋਰਡ ਦਾ ਕੰਮ ਹੈ ਕਿ ਵੀ ਹੈਵ ਟੂ ਐਡਵੋਕੇਟ ਫੋਰ ਆਰ ਕਿਡਸ, ਸੋ ਵੀ ਕੈਨ ਜਸਟ ਸਿਟ ਇਨ ਬੋਰਡ ਮੀਟਿੰਗਸ ਐਂਡ ਅਸੀਂ ਜੀ ਹਾਂਜੀ ਠੀਕ ਹੈ, ਦਿਸ ਇਜ਼ ਗੁੱਡ ਸਾਈਨ ਕਰਕੇ ਅਸੀਂ ਕਰ ਦਈਏ। ਵੀ ਹੈਵ ਟੂ ਸੀ ਕਿ ਇਸ਼ੂਜ਼ ਕੀ ਆ ਰਹੀਆਂ ਸਾਡੇ ਬੱਚਿਆਂ ਦੀ, ਅਤੇ ਉਹਦੇ ਲਈ ਅਸੀਂ ਕਿਸ ਤਰ੍ਹਾਂ ਐਡਵੋਕੇਟ ਕਰਨਾ ਹੈ। ਸੋ ਉਹਦੇ ਲਈ ਅਸੀਂ ਸਿਟੀ ਦੇ ਨਾਲ ਐਡਵੋਕੇਟ ਕਰਾਂਗੇ, ਪ੍ਰੋਵਿੰਸ ਦੇ ਨਾਲ ਐਡਵੋਕੇਟ ਕਰਾਂਗੇ, ਐਂਡ ਦਾ ਥਰਡ ਵਨ ਇਜ਼ ਫੰਡਿੰਗ, ਯੂ ਨੋ ਕਿ ਸਾਨੂੰ ਜ਼ਿਆਦਾ ਫੰਡਿੰਗ ਚਾਹੀਦੀ ਹੈ। ਸੋ ਯੂ ਵਿਲ ਲੌਬੀ ਫੋਰ ਦੈਟ? ਐਬਸੋਲੂਟਲੀ। ਐਂਡ ਹਰਪ੍ਰੀਤ ਜੀ, ਫੰਡਿੰਗ ਦੀ ਕਈ ਚੀਜ਼ਾਂ ਹੈਗੀ, ਕਿਉਂਕਿ ਯੂ ਨੋ ਦੇਰ ਇਜ਼ ਨੈਵਰ ਇਨਫ ਮਨੀ, ਯੂ ਨੋ ਬਟ ਹਾਊ ਟੂ ਪ੍ਰਾਇਰਟਾਈਜ਼ ਟੂ ਯੂਜ਼ ਦੈਟ ਮਨੀ, ਦੈਟ ਇਜ਼ ਵਾਟ ਇਜ਼ ਇੰਪੋਰਟੈਂਟ, ਦੈਟ ਇਜ਼ ਦ ਮੋਸਟ ਇੰਪੋਰਟੈਂਟ ਥਿੰਗ ਹਰਪ੍ਰੀਤ ਜੀ, ਕਿਉਂਕਿ ਹੁਣ ਪੋਰਟੇਬਲਸ ਦੀ ਗੱਲ, ਲਾਈਕ ਇਟਸ ਕਨੈਕਟਡ ਟੂ ਫੰਡਿੰਗ, ਕਿਉਂਕਿ ਪੋਰਟੇਬਲਸ ਦੀ ਜਦ ਅਸੀਂ ਗੱਲ ਕਰਦੇ ਹਾਂ, ਸੋ ਵੀ ਹੈਵ ਓਵਰ 333 ਪੋਰਟੇਬਲਸ ਸਰੀ ਸਕੂਲਾਂ ਦੇ ਵਿੱਚ ਹੈ। ਉਹਨਾਂ ਦਾ ਖਰਚਾ ਹਰ ਸਾਲ ਦਾ $8 million ਆਉਂਦਾ ਹੈ ਉਹਨਾਂ ਨੂੰ ਸਿਰਫ ਮੇਨਟੇਨ ਕਰਨ ਦਾ। ਸੋ ਉਹ ਤੁਸੀਂ ਦੇਖੋ ਕਿ ਜੇ ਉਹ $8 million ਅਸੀਂ ਉਸ ਤੋਂ
portables to bajaye si je school banaiye 8 million dollar di saving hai that's the money that's being taken away from teachers from support staff je 8 million dollar to assi zyada hire kar liye right so that's one way of saving dooji cheez hai ki vancouver de students no har student no 200 dollar surrey de students to zyada milda hai every year so oh tusi dekh lo that's about 70,000 multiplied by 200 so comes to about 14 million dollars har saal assi lose out kar rahe hain so we have to advocate for that so that's you know 14 te you know 8 right, million numbers jehde tusi kar rahe ho 22 million de kareeb exactly and that's just money that we're losing and of course hor funding di te zarurat hai bullying de bare jehda tusi zikr kita ya jehde bacche mansik taur utte pareshan ne tusi forums rahi lokan nu aware kita hai ji ਇਹ ਇਸ਼ੂਜ਼ ਨੂੰ ਜਦੋਂ ਤੁਸੀਂ ਚੁਣੇ ਜਾਂਦੇ ਹੋ ਇਹ ਤੁਹਾਡੀ ਪ੍ਰਾਇਰਿਟੀ ਹੋਏਗੀ ਇੱਥੇ ਕੰਮ ਕਰਨ ਦੀ ਬਟ ਦੈਨ ਅਗੇਨ ਸੋਨੀਆ ਜੀ ਲੋਕ ਜਿਹੜੇ ਨੇ ਉਹ ਹੁਣ ਇਹ ਜਾਣਨਾ ਚਾਹੁੰਦੇ ਨੇ ਤੁਹਾਡੇ ਤੋਂ ਕਿ ਬਿਫੋਰ ਇਲੈਕਸ਼ਨਸ ਵਾਅਦੇ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਮੁੱਕਰ ਜਾਂਦੇ ਨੇ ਫਿਰ ਕੋਈ ਅਕਾਊਂਟੇਬਿਲਿਟੀ ਨਹੀਂ ਹੁੰਦੀ ਰਾਈਟ ਵਾਈ ਸ਼ੁੱਡ ਦ ਪੀਪਲ ਵੋਟ ਫਾਰ ਸੋਨੀਆ ਗਾਂਧੀ ਐਂਡ ਸਰੀ ਸਟੂਡੈਂਟਸ ਨਾਓ ਇਨ ਦ ਫੋਰਥ ਕਮਿੰਗ ਇਲੈਕਸ਼ਨ ਔਨ ਅਕਟੂਬਰ 20 ਰਾਈਟ ਸੋ ਥੋੜੀ ਜਿਹੀ ਸੋਨੀਆ ਆਂਧੀ ਜੀ ਆਈ ਥਿੰਕ ਆਮ ਸੌਰੀ but why people should vote for me is kyunki Harpreet ji main is kaam de vich pichle 30 saalan to lagi hui haan so I know what it's like to be on the other side and I understand ki tusi jhoothe vaade karke ya you know elections jitan layi tusi kuch bhi promise kar sakde ho we're being realistic hun jehdi cheeza main tuhanu dassi haan ki we have the facts we have the plan for that mental health da mera background hai as a family counselor so and I also know how to engage the community tusi you know shakti society de rahe ਅਸੀਂ ਲੋਕਾਂ ਨੂੰ ਹਮੇਸ਼ਾ ਇੰਗੇਜ ਕੀਤਾ ਹੈ ਸਪੈਸ਼ਲੀ ਦ ਵਨਸ ਹੂ ਡੋਨਟ ਕਮ ਆਊਟ ਸੋ ਵੀ ਹੈਵ ਅ ਪਲਾਨ ਕਿ ਕਿਸ ਤਰ੍ਹਾਂ ਅਸੀਂ ਕਮਿਊਨਿਟੀ ਨੂੰ ਇਨਵੋਲਵ ਕਰਨਾ ਸਪੈਸ਼ਲੀ ਜਦ ਅਸੀਂ ਗੈਂਗਸ ਦੀ ਗੱਲ ਕਰਦੇ ਹਾਂ ਕ੍ਰਾਈਮ ਦੀ ਗੱਲ ਕਰਦੇ ਹਾਂ ਵੀ ਹੈਵ ਅ ਪਲਾਨ ਕਿਉਂਕਿ ਹਮੇਸ਼ਾ ਵੀ ਆਲਵੇਜ਼ ਹੇਅਰ ਕਿ ਵੀ ਤੁਹਾਡੀ ਕਮਿਊਨਿਟੀ ਇੰਨੀ ਜ਼ਿਆਦਾ ਇਨਵੋਲਵ ਨਹੀਂ ਹੁੰਦੀ ਸੋ ਵੀ ਹੈਵ ਟੂ ਮੇਕ ਸ਼ੋਰ ਕਿ ਵੀ ਗੈਟ ਦੈਮ ਇੰਗੇਜਡ ਵੀ ਗੈਟ ਦੈਮ ਆਊਟ ਆਫ ਦੇਅਰ ਹਾਊਸਸ ਐਂਡ ਗੈਟ ਦੈਮ ਇਨਵੋਲਵਡ ਸੋ ਓਨਲੀ ਦ ਕਵਰ ਵਿਲ ਚੇਂਜ ਬਟ ਦ ਇਨਸਾਈਡ ਪਾਰਟ ਜਿਹੜਾ ਤੁਸੀਂ ਕਰਦੇ ਆਏ ਹੋ ਉਸ ਨੂੰ ਤੁਸੀਂ ਪੋਲੀਟੀਕਲ ਸਪੈਕਟਰਮ ਵਿੱਚ ਲੈ ਕੇ ਆਓਗੇ ਸੋਨੀਆ ਆਂਦੀ ਥੈਂਕ ਯੂ ਕੰਗ੍ਰੈਚੁਲੇਸ਼ਨਸ ਫੋਰ ਪੁਟਿੰਗ ਇਨ ਯੋਰ ਨੇਮ ਬਿਕਾਜ਼ ਫਰਸਟ ਥਿੰਗ ਇਜ਼ ਕਿ ਪਬਲਿਕ ਆਫਿਸ ਲਈ ਆਪਣਾ ਨਾਂ ਲੈਣਾ ਐਂਡ ਅਸੀਂ ਆਸ ਪੂਰੀ ਕਰਦੇ ਹਾਂ ਕਿ ਲੋਕ ਜਦੋਂ ਵੋਟ ਪਾਣਗੇ ਤੁਹਾਡੀ ਕੈਪੇਬਿਲਿਟੀ ਤੇ ਤੁਹਾਡੇ ਐਕਸਪੀਰੀਅੰਸ ਨੂੰ ਮੁੱਖ ਰੱਖ ਕੇ ਅੱਗੇ ਆਣਗੇ ਥੈਂਕ ਯੂ ਐਂਡ ਬੈਸਟ ਵਿਸ਼ਸ ਫੋਰ ਅਕਟੂਬਰ 20th ਥੈਂਕ ਯੂ ਸੋ ਮਚ ਹਰਪ੍ਰੀਤ ਜੀ ਥੈਂਕ ਯੂ